ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਲੁਧਿਆਣਾ ਦੇ ਜਗਰਾਓਂ ਪੁਲ ਸਥਿਤ ਉਹਨਾਂ ਦੇ ਬੁੱਤਾਂ ਤੇ ਵੱਖ ਵੱਖ ਸੰਗਠਨਾਂ ਵੱਲੋਂ ਫੁੱਲ ਮਾਲਾ ਅਰਪਿਤ ਕੀਤੀ ਗਈ ਅਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਸੀਨੀਅਰ ਅਕਾਲੀ ਨੇਤਾ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ, ਜਿਨ੍ਹਾਂ ਦੇ ਬਲੀਦਾਨ ਦੇ ਚਲਦਿਆਂ ਅੱਜ ਅਸੀਂ ਆਜ਼ਾਦੀ ਦੀ ਫਿਜ਼ਾ 'ਚ ਸਾਹ ਲੈ ਰਹੇ ਹਾਂ। ਪਰ ਦੁਖਦ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਉਹਨਾਂ ਦਾ ਬਣਦਾ ਸਨਮਾਨ ਨਹੀਂ ਦਿੱਤਾ। ਅਫਸੋਸਜਨਕ ਹੈ ਕਿ ਸ਼ਹੀਦ ਭਗਤ ਸਿੰਘ ਦੀ ਜਿਸ ਪਾਰਟੀ ਨੂੰ ਅੰਗਰੇਜ਼ਾਂ ਨੇ ਬੈਨ ਕੀਤਾ ਸੀ, ਉਹ ਅੱਜ ਵੀ ਬੈਨ ਹੈ। ਸ਼ਹੀਦ ਜਿਹੜੇ ਨੇ ਉਹ ਕੌਮ ਦਾ ਸਰਮਾਇਆ ਹੁੰਦੇ ਨੇ ਤੇ ਸਾਨੂੰ ਹਿੰਦੁਸਤਾਨੀਆਂ ਨੂੰ ਇਸ ਗੱਲ ਤੇ ਮਾਣ ਚਾਹੀਦਾ ਹੈ ਕਿ ਇਹਨਾਂ ਦੀ ਲਾਮਿਸਾਲ ਕੁਰਬਾਨੀ ਦਾ ਸਦਕਾ ਅੱਜ ਹਿੰਦੁਸਤਾਨ ਆਜ਼ਾਦੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਜੇ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਮਦਨ ਲਾਲ ਢੀਂਗਰੇ ਵਰਗੇ ਕੁਰਬਾਨੀਆਂ ਨਾ ਦਿੰਦੇ ਤਾਂ ਹੋ ਸਕਦਾ ਅੱਜ ਅਸੀਂ ਹਿੰਦੁਸਤਾਨੀ ਇਸ ਆਜ਼ਾਦੀ ਦਾ ਰੰਗ ਨਾ ਮਾਣ ਸਕਦੇ। ਪਰ ਇਸ ਗੱਲ ਦਾ ਦੁਖਾਂਤ ਹੈ ਕਿ ਗੌਰਮੈਂਟਾਂ ਨੇ ਜਿਹੜਾ ਇਹਨਾਂ ਲੋਕਾਂ ਦਾ ਸਥਾਨ ਸੀ ਇਹਨਾਂ ਦੀ ਕੁਰਬਾਨੀ ਕਰਕੇ, ਉਸ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ। ਜਿਵੇਂ ਹੁਣੇ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਭਗਤ ਸਿੰਘ ਨੇ ਪਾਰਟੀ ਬਣਾਈ ਸੀ ਉਹ ਪਾਰਟੀ ਨੂੰ ਬੈਨ ਕਰਤਾ ਅੰਗਰੇਜ਼ਾਂ ਨੇ। ਉਹਨਾਂ ਦਾ ਬਣਦਾ ਵੀ ਸੀ ਕਰਨਾ ਕਿਉਂਕਿ ਉਹਨਾਂ ਦੇ ਖਿਲਾਫ ਇਹਨਾਂ ਝੰਡਾ ਚੁੱਕਿਆ ਸੀ। ਪਰ ਮੁਲਕ ਆਜ਼ਾਦ ਹੋਣ ਤੋਂ ਬਾਅਦ ਪੇਪਰਾਂ 'ਚ, ਕਾਗਜ਼ਾਂ ਵਿੱਚ ਉਹ ਪਾਰਟੀ ਹਲੇ ਵੀ ਬੈਨ ਚੱਲੀ ਜਾ ਰਹੀ ਹੈ, ਜਿਹੜਾ ਇੱਕ ਬਹੁਤ ਵੱਡਾ ਕਲੰਕ ਹੈ ਇਸ ਮੁਲਕ ਲਈ। ਉਹ ਕਲੰਕ ਵੀ ਇਮੀਡੀਏਟਲੀ ਧੋਣਾ ਚਾਹੀਦਾ ਹੈਗਾ। ਇਹ ਸ਼ਹੀਦਾਂ ਨੂੰ ਅਸੀਂ ਸਲਾਮ ਕਰਦੇ ਹਾਂ, ਪ੍ਰਣਾਮ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ, ਸਮੁੱਚੇ ਪੰਜਾਬੀਆਂ ਵੱਲੋਂ, ਕਿ ਇਹ ਮਾਣ ਆ ਸਾਨੂੰ ਪੰਜਾਬੀਆਂ ਨੂੰ ਕਿ ਇਹ ਸਾਡੀ ਪੰਜਾਬ ਦੀ ਧਰਤੀ ਦੇ ਜੰਮਪਲ ਸੀਗੇ ਤੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ। ਉੱਥੇ ਹੀ ਕਾਂਗਰਸ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ਗਏ। ਪਾਰਟੀ ਨੇਤਾਵਾਂ ਨੇ ਕਿਹਾ ਕਿ ਉਹਨਾਂ ਦੇ ਬਲੀਦਾਨ ਦੇ ਚਲਦਿਆਂ ਹੀ ਦੇਸ਼ ਨੂੰ ਆਜ਼ਾਦੀ ਮਿਲੀ। ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ। ਥਾਣਾ ਯੂਥ ਫੈਡਰੇਸ਼ਨ ਦੇ ਅਧਿਆਕਸ਼ ਜੋ ਮੇਰੇ ਦੋਸਤ ਹੈ ਰਾਜੂ ਵੋਰਾ ਜੀ, ਉਨਕੀ ਟੀਮ ਕੀ ਤਰਫ ਸੇ ਅੱਜ ਅਸੀਂ ਇੱਥੇ LED ਲਾਈਟ ਇੰਸਟਾਲ ਕੀਤੀ ਹੈ ਅਤੇ ਇਹ ਹਮਾਰੇ ਲਈ ਇੱਕ ਰੋਲ ਮਾਡਲਸ ਹੈ। ਸੁਖਦੇਵ, ਰਾਜਗੁਰੂ, ਭਗਤ ਸਿੰਘ, ਅੱਜ ਉਨਕਾ 88ਵਾਂ ਸ਼ਹੀਦੀ ਦਿਹਾੜਾ ਹੈ ਜੋ ਹਮ ਯਹਾਂ ਪੇ ਮਨਾਨੇ ਕੇ ਲਈ ਆਏ ਹੈ, ਔਰ ਹਮ ਆਪਣੇ ਆਵਾਮ ਸੇ ਇਹ ਦਾਵਾ ਕਰਤੇ ਹੈ ਕਿ ਹਮ ਇਨਕੀ ਰਾਹ ਪੇ ਚਲੇਂਗੇ, ਆਪਣੇ ਦੇਸ਼ ਕੋ ਬਚਾਏਂਗੇ। ਜੋ ਇਹਨਾਂ ਨੇ ਜੋ ਖੂਨ ਬਹਾਇਆ ਹੈ ਹਮਾਰੇ ਦੇਸ਼ ਕੇ ਲੀਏ, ਉਸਕੋ ਵਿਅਰਥ ਨਹੀਂ ਜਾਣੇ ਦੇਂਗੇ, ਔਰ ਜਿਤਨਾ ਹਮਸੇ ਹੋ ਸਕੇਗਾ ਹਮ ਆਪਣੇ ਦੇਸ਼ ਕੇ ਲਈ ਕਰੇਂਗੇ। ਜੈ ਹਿੰਦ, ਜੈ ਭਾਰਤ। ਅੱਜ ਲੁਧਿਆਣਾ ਯੂਥ ਫੈਡਰੇਸ਼ਨ ਵੱਲੋਂ ਜੋ ਕਿ ਸਾਡੇ 23 ਮਾਰਚ ਅੱਜ ਸ਼ਹੀਦੀ ਦਿਹਾੜਾ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਅਤੇ ਸੁਖਦੇਵ ਜੀ ਦਾ ਜੋ ਕਿ ਸ਼ਹੀਦੀ ਦਿਹਾੜਾ ਹੈਗਾ, ਉਸ ਦੇ ਉਪਲਕਸ਼ ਦੇ ਵਿੱਚ ਅੱਜ ਸਾਡੀ ਲੁਧਿਆਣਾ ਯੂਥ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਨੇ ਮਿਲ ਕੇ ਅਸੀਂ ਅੱਜ ਇੱਕ LED ਲਾਈਟ ਇੱਥੇ ਲਾਈ ਜਾਂਦਾ, ਇਹ ਮਕਸਦ ਸੀਗਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਸਾਡੇ ਨੌਜਵਾਨ ਜੋ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਤੋਂ ਸਾਡੇ ਨਾਲ ਆਪਣੇ ਨਾਲ ਇੰਸੀਡੈਂਟ ਹੋਏ ਕਿ ਉਹ ਸਾਨੂੰ ਪੁੱਛਦੇ ਨੇ ਕਿ ਇੱਥੇ ਕਿਸ ਦਾ ਸਟੈਚੂ ਹੈ। ਸਾਨੂੰ ਬੜਾ ਫੀਲ ਹੁੰਦਾ ਕਿ ਸਾਡੇ ਰੋਲ ਮਾਡਲ ਹੋਣ ਦੇ ਬਾਵਜੂਦ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਸ਼ਹੀਦੇ ਆਜ਼ਮ ਭਗਤ ਸਿੰਘ ਜੀ, ਅਤੇ ਉਹਨਾਂ ਦੇ ਦੇਖਦੇ ਹੋਏ ਅਸੀਂ ਅੱਜ ਲੁਧਿਆਣਾ ਯੂਥ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਨੇ ਅੱਜ ਅਸੀਂ ਫੈਸਲਾ ਕੀਤਾ ਕਿ ਅਸੀਂ ਇੱਥੇ LED ਲਾਈਟ ਲਾਈਏ ਤਾਂ ਕਿ ਜਿਹੜੇ ਆਪਣੇ ਨੌਜਵਾਨ ਪੀੜ੍ਹੀ ਹੈਗੀ ਹੈ ਉਹਨਾਂ ਨੂੰ ਪਤਾ ਲੱਗੇ ਕਿ ਇਹ ਸਟੈਚੂ ਹੈ ਕਹਿੰਦੇ ਨੇ, ਕਿਉਂਕਿ ਸਾਡੇ ਲੁਧਿਆਣਾ ਵਾਸਤੇ, ਸਾਡੇ ਪੂਰੇ ਭਾਰਤ ਦੇਸ਼ ਵਾਸਤੇ ਸਾਡੇ ਰੋਲ ਮਾਡਲ ਨੇ। ਅਤੇ ਮੈਂ ਸਪੈਸ਼ਲ ਤੌਰ 'ਤੇ ਸਾਡੇ ਮਾਨੀ ਡਾਵਰ ਜੀ ਦਾ ਅਤੇ ਸਾਡੇ ਸੀਨੀਅਰ ਡਿਪਟੀ ਮੈਂ ਸ਼ਾਮ ਸੁੰਦਰ ਮਲਹੋਤਰਾ ਜੀ ਦਾ, ਜਿਨ੍ਹਾਂ ਨੇ ਸਾਨੂੰ ਪੂਰਾ ਇੱਥੇ ਸਹਿਯੋਗ ਦਿੱਤਾ ਹੈ। ਬਿਊਰੋ ਰਿਪੋਰਟ, ਲੁਧਿਆਣਾ ਬਿਊ।